ਜਰਾਬਾ ਜਰੂਬਾ ਦਵਾ ਦਾਂਗੇ। ਹੁਣ ਅਸੀਂ ਨਿਕਲਦੇ ਹਾਂ ਜੀ ਮਾਰਕੀਟ ਦੇ ਵੱਲ ਤੇ ਪੈਸੇ ਹੱਥ ਚ ਆ ਗਏ। ਸਭ ਤੋਂ ਪਹਿਲਾਂ ਪੈਸੇ ਹੱਥ ਚ ਕਰਨੇ ਹੁੰਦੇ ਆ। ਮੈਂ ਫੜਾਈ ਸੀ ਸਹੀ ਨਾਮ ਦਿੱਤਾ ਤੁਸੀਂ ਸਹੀ ਨਾਮ ਦਿੱਤਾ। ਓ ਇੱਧਰ ਆ ਕੀ ਹੋ ਗਿਆ? ਹਾਂਜੀ ਸਤਿ ਸ੍ਰੀ ਅਕਾਲ ਜੀ। ਵਾਲੇਕੁਮ ਸਲਾਮ। ਮੰਡੀ ਇੱਕ ਜੀਪ ਕਾਲੀ ਹੋਵੇ ਨੀ ਸਪੀਡ 40 ਬੀਟ ਇੰਟੈਂਸ ਵਾਲੀ ਫੇਰ ਕੰਮ ਸੈੱਟ ਆ। ਪੰਜਾਬੀ ਟਰੈਵਲ ਕਪਲ ਪਹੁੰਚ ਗਿਆ ਵੀਰਾ ਖਾਨ ਦੇ ਘਰ ਤੇ ਹੁਣ ਵੀਰਾ ਖਾਨ ਨੇ ਘੁਮਾਉਣਾ ਉਹਨਾਂ ਨੂੰ ਸਾਰਾ ਜੋ ਵੀ ਅੱਗੇ ਪਿੱਛੇ ਦਿਖਾਉਣਾ, ਲਾਹੌਰ, ਗੁਜਰਾਂਵਾਲਾ, ਸਿਆਲਕੋਟ ਜਾਂ ਜਿੱਥੇ ਵੀ ਜਿੱਥੇ ਉਹਨਾਂ ਨੇ ਜਾਣਾ। ਤੇ ਬਾਕੀ ਦੇਖਦੇ ਹਾਂ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਮੈਂ ਕਿਧਰ ਤੋਂ। ਆ ਜਾਓ ਵੀਰਾ ਨੇ ਪੈਸੇ, ਅਬੀਰਾ ਨੇ ਪੰਜੀ ਨਹੀਂ ਕੱਢਣੀ, ਸਾਨੂੰ ਕਰਾਉਣੇ ਪੈਣੇ ਆ ਹੁਣ ਡਾਲਰ ਐਕਸਚੇਂਜ ਤੇ ਸ਼ਾਪਿੰਗ ਲਈ ਪੈਸੇ ਬਹੁਤ ਸਾਰੇ ਚਾਹੀਦੇ ਆ। $500 ਐਕਸਚੇਂਜ ਕਰਾਉਣ ਲੱਗਿਆ। ਹੋਰ ਜੀ ਬਜ਼ੁਰਗੋ, ਚੜ੍ਹਦੀ ਕਲਾ ਠੀਕ ਠਾਕ? ਅੰਦਰ ਮੈਂ ਬੰਦ ਕਰ ਦੇਣਾ ਆਪੀ, ਜਿੱਥੇ ਮਰਜ਼ੀ ਬਦਲਾ ਲਓ, ਜਿਹੜੇ ਮਰਜ਼ੀ ਦੇਸ਼ ਚ ਬਦਲਾ ਲਓ ਤੇ 282 ਰੁਪਏ ਰੇਟ ਜਿਹੜਾ ਡਾਲਰ ਦਾ ਰੇਟ ਆ ਪਾਕਿਸਤਾਨੀ, ਇੱਕ ਦੇ 282 ਮਿਲਣਗੇ, 28,500 ਮਿਲੂ 100 ਦਾ, ਸਾਰੇ ਪੈਸੇ ਇਹਨਾਂ ਨੇ ਕੁੜੀਆਂ ਨੇ ਖਾ ਜਾਣੇ। ਲਓ ਜੀ 1,00,000 ਰੁਪਏ, ਆਪਾਂ ਨੂੰ 1,25,000 ਰੁਪਏ ਮਿਲ ਗਿਆ। ਲਓ ਜੀ ਫੜੋ ਜੀ, ਇਹ ਤੁਹਾਡੇ ਹਵਾਲੇ ਆ, ਲਾਹੌਰ ਦੇ ਬਾਜ਼ਾਰਾਂ ਚ ਉੱਡੂਗਾ ਹੁਣ ਇਹ। 1,00,000 ਦਾ ਕੱਖ ਹੀ ਹੁੰਦਾ। ਪੈਸੇ ਨਾ ਸਾਨੂੰ ਮਿਲਣੇ ਤਾਂ ਘੱਟ ਸੀ ਪਰ ਵੀਰਾ ਦੀ ਜਾਣ ਪਛਾਣ ਜ਼ਿਆਦਾ ਤਾਂ ਕਰਕੇ ਵੱਧ ਦਿੱਤੇ। ਉਹ ਕਹਿੰਦੇ ਚਾਹ ਪੀ ਲੋ, ਕਹਿੰਦੇ ਚਾਹ ਰਹਿਣ ਦੋ ਤੇ ਸਾਨੂੰ ਉਹ ਪੈਸੇ ਵੱਧ ਦੇ ਦੋ, ਤੇ ਉਹਨਾਂ ਨੇ 1 ਰੁਪਿਆ ਰੇਟ ਸਾਨੂੰ ਵੱਧ ਦਿੱਤਾ ਹੈਗਾ। 2 ਰੁਪਏ ਨਹੀਂ ਨਹੀਂ 1 ਰੁਪਿਆ 283 ਨੂੰ ਦਿੱਤਾ, 82 ਦਾ ਰੇਟ ਸੀਗਾ 1 ਰੁਪਏ ਨਾਲ। ਪਹਿਲਾਂ ਤੁਸੀਂ ਲੜ ਲਓ, ਚਲੋ ਜਿੰਨਾ ਵੀ ਹੋਇਆ ਜਿੰਨੇ ਕੁ ਵਧੀਆ, ਮਤਲਬ 400-500 ਰੁਪਿਆ ਵੱਧ ਹੋਣਾ, ਅਬੀਰਾਂ ਨੂੰ ਜਰਾਬਾ ਜਰੂਬਾ ਦਵਾ ਦਾਂਗੇ। ਹੁਣ ਅਸੀਂ ਨਿਕਲਦੇ ਹਾਂ ਜੀ ਮਾਰਕੀਟ ਦੇ ਵੱਲ ਤੇ ਪੈਸੇ ਹੱਥ ਚ ਆ ਗਏ। ਸਭ ਤੋਂ ਪਹਿਲਾਂ ਪੈਸੇ ਹੱਥ ਚ ਕਰਨੇ ਹੁੰਦੇ ਆ ਤੇ ਹੁਣ ਤੁਹਾਨੂੰ ਜਿਹੜੇ ਇੱਥੋਂ ਦੇ ਬਾਜ਼ਾਰ ਆ ਸਾਰੇ ਉਹ ਘੁਮਾਉਣੇ ਆ। ਹੁਣ ਘੁੰਮੋ ਫਿਰੋ। ਲਓ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਅਨਾਰਕਲੀ ਬਾਜ਼ਾਰ, ਜਿਹੜਾ ਲਾਹੌਰ ਦਾ ਮਸ਼ਹੂਰ ਬਾਜ਼ਾਰ ਹੈ ਨਾ ਅਨਾਰਕਲੀ, ਤੇ ਉੱਥੋਂ ਆਪਾਂ ਕੰਮ ਸ਼ੁਰੂ ਕਰਾਂਗੇ ਆਪਣਾ ਸ਼ੋਪਿੰਗ ਦਾ। ਸ਼ੋਪਿੰਗ ਦਾ ਨਹੀਂ ਵੈਸੇ ਤੁਹਾਨੂੰ ਦਿਖਾਉਣ ਦਾ, ਉੱਥੇ ਲੈਣ ਦੇਣ ਨੂੰ ਕੁਛ ਹੈ ਨਹੀਂ ਅੱਜ ਕੱਲ੍ਹ, ਕਿਉਂ ਨਹੀਂ ਹੈਗਾ ਉਹ ਵੀ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ। ਸੋ ਕਿਉਂ ਤੇ ਉਦੋਂ ਬਾਅਦ ਚ ਜਿਵੇਂ ਜਿਵੇਂ ਹੋਰ ਬਾਜ਼ਾਰ ਹੈ ਸਾਨੂੰ ਬਹੁਤਾ ਪਤਾ ਨਹੀਂ, ਅਬੀਰਾ ਨੂੰ ਪਤਾ, ਤੇ ਉਦੋਂ ਬਾਅਦ ਚ ਨਾਲ ਨਾਲ ਦੱਸੀ ਜਾਣਾ ਇਹਨਾਂ ਨੇ। ਤੇ ਜਿਹੜੇ ਇੱਥੇ ਸੂਟ ਹੈ ਨਾ ਇੰਨੇ ਸਸਤੇ ਆ, 325 ਰੁਪਏ ਦਾ ਸੂਟ ਮਿਲੀ ਜਾਂਦਾ, ਪਾਕਿਸਤਾਨੀ 325 ਹੈ ਤੁਸੀਂ ਦੇਖੋ, ਤੇ ਜੀਰੋ ਲੁਕੀ ਹੋਈ ਹੈ, ਪਾਕਿਸਤਾਨੀ 325 ਇੰਡੀਆ ਹੋਰ ਕਿੰਨਾ, 3,000 ਵੀ ਸਾਨੂੰ ਵਾਵਾ ਨਹੀਂ ਲੱਗਦਾ, ਥੋੜਾ ਹੀ ਹੈ 250। ਬਾਕੀ ਜਦੋਂ ਦਵਾਉਣੀ ਪੈਸੇ ਅਬੀਰਾ ਨੇ ਲਾਉਣੇ ਫਿਰ ਤਾਂ ਹੈ ਹੀ ਕੀ ਬਾਲ। ਮੈਂ ਵੀ ਸ਼ੂਜ਼ ਚੈੱਕ ਕਰ ਰਿਹਾ ਸੀ, ਲੈ ਬਈ 2 ਸੂਟ ਇੱਥੋਂ ਪੈਕ ਕਰਾ ਲਏ। ਮੈਨੂੰ ਤਾਂ ਖੁਸ਼ੀ ਦੀ ਇਹ ਗੱਲ ਵਧੀਆ ਲੱਗਦੀ ਹੈ, ਜਿੱਥੇ ਜਾਓ ਬਸ ਸਿੱਧੇ ਪੈਕ ਕਰਾਓ, ਆਹ 2 ਕਰ ਦੇ, 3 ਕਰ ਦੋ, ਸਹੀ ਹੈ ਨਾ? ਨਹੀਂ ਅਬੀਰਾ ਨੇ ਜਿਹੜਾ ਉਹ ਸਾਡੇ ਇੱਕ ਬਾਵਾ ਭਾਰਾ ਬੰਦਾ ਉਹਦੇ ਪਾਉਣਾ ਹੈਗਾ।
ਅਬੀਰਾ ਜ਼ੈਡ ਸਾਈਜ਼ ਕਿਹਦੇ ਹੁੰਦਾ? ਜ਼ੈਡ ਸਾਈਜ਼ ਮੈਂ ਕਿਹਾ ਕੋਈ ਚਿੜੀਆ ਘਰ ਦੇ ਹੁੰਦਾ, ਜ਼ੂਮ ਜ਼ੂਮ ਜਦੋਂ ਹੁੰਦਾ ਜ਼ੈਡ ਲੱਗਦਾ ਚਿੜੀਆ ਘਰ ਦੇ ਕਲਰ। ਹਾਂ ਸੋਹਣਾ ਰੰਗ ਦੋ ਨਾ ਵੀਰੇ, ਬਹੁਤ ਸੋਹਣਾ ਲੱਗਦਾ ਪਿਆ, ਬਹੁਤ ਸੋਹਣਾ। ਲਾਹੌਰ ਚ ਐਡੇ ਸੋਹਣੇ ਸੋਹਣੇ ਸੂਟ ਮਿਲਦੇ ਆ, ਦਮੀ ਤੇ ਲਾਇਆ ਜਿਹੜਾ ਇੰਨਾ ਮਹਿੰਗਾ ਸੂਟ ਦੇ ਨਾ ਤੇ ਰੇਟ ਚੱਜ, ਉਹ ਕਲਰ ਸੋਹਣਾ ਨਹੀਂ ਹੈਗਾ। ਕਿੰਨੇ ਦਾ ਦੇ ਰਹੇ ਵੀਰੇ? ਬਾਈ ਚਾਹ ਵੀ ਆ ਗਈ, ਧੰਨਵਾਦ ਯਾਰ, ਵੱਡੇ ਵੱਡੇ ਕੱਪ ਲਿਆਦੇ ਬਾਈ ਨੇ, ਸ਼ੁਕਰੀਆ। ਸਾਰਾ ਜ਼ੋਰ ਲਾਤਾ ਹੈ ਸ਼ਕਰ ਵਾਲੇ ਜੀ। ਖੁਸ਼ੀ ਆਪਾਂ ਨੂੰ ਜਿੰਨੇ ਕੁ ਪੈਸੇ ਮੁਨਾਸਿਬ ਲੱਗਦੇ ਆਪਾਂ ਉਹਨੇ ਦੇ ਦੋ, ਬਾਕੀ ਬਾਜੀ ਨੇ ਦੇ ਦੇਣੇ ਆਪੇ, ਬਾਕੀ ਬਾਜੀ ਨੇ ਨਹੀਂ ਫਿਰ ਉਹਦਾ ਰੇਟ ਵੀ ਤੁਸੀਂ ਦੁਕਾਨ ਤੇ ਲੈ ਕੇ ਆਓ, ਕੀ ਪਤਾ ਤੁਹਾਡਾ ਕਮਿਸ਼ਨ ਹੋਵੇ ਇੱਥੇ। ਇੱਥੋਂ ਦੀ ਚਾਹ ਨੀ ਯਾਰ ਸਾਨੂੰ ਭੁੱਲਣੀ, ਤੇ ਅਬੀਰਾ ਇੱਥੇ ਚਾਹ ਇੰਨੀ ਚਿੱਟੀ ਕਿਉਂ ਬਣਾਉਂਦੀ ਆ ਭਲਾ? ਗੁੜ ਦੀ ਜਗ੍ਹਾ ਫੇਰ ਲਵਲੀ ਆ, ਤੱਕ ਰੰਗ ਹੋਰਾ ਨਹੀਂ ਹੋਇਆ ਕਦੇ ਕਿਸੇ ਦਾ, ਫੇਰ ਲਵਲੀ ਆ। ਮੈਨੂੰ ਬੀਬੀ ਕਰੀਮ ਲੱਗਦੀ ਹੈ, ਮੈਨੂੰ ਲੱਗਦਾ ਕਰੀਮ ਕਰੂਮ ਪਾ ਕੇ ਦਿੰਦੇ ਆ ਤਾਂ ਜੋ ਇੰਨੀ ਚਿੱਟੀ ਹੈ। ਬਿਸਕੁਟ ਨਹੀਂ ਆਏ ਭਾਈ, ਬਿਸਕੁਟ ਵੀ ਦਿਓ, ਜਲੀਲ ਕਰਨਗੇ ਹੁਣ ਤੁਹਾਨੂੰ। ਇਹ ਜਿਹੜਾ ਨਾਰਕਲੀ ਬਾਜ਼ਾਰ ਆ ਨਾ, ਇਹ ਅੰਦਰ ਅੰਦਰ ਕਾਫੀ ਸਾਰੀਆਂ ਦੁਕਾਨਾਂ ਚ, ਤੇ ਪਰ ਜਿਵੇਂ ਤੁਹਾਨੂੰ ਦੱਸਿਆ ਸੀ ਹੈ ਸਾਰੀਆਂ ਸੂਟਸ ਦੀਆਂ ਤੇ ਜਾਂ ਮੋਡਰ ਦੀਆਂ, ਕੁੜੀਆਂ ਨਾਲ ਸੰਬੰਧਿਤ ਜ਼ਿਆਦਾ ਹੈਗਾ, ਮੁੰਡਿਆਂ ਦਾ ਵੀ ਮਿਲਦਾ ਵੈਸੇ ਘੱਟ ਹੈ, ਕੁੜੀਆਂ ਜ਼ਿਆਦਾ। ਲਓ ਵੀ ਮਿੱਤਰੋ ਨਾਰਕਲੀ ਚੋਂ ਨਿਕਲਣ ਲੱਗੇ ਸੀ, ਤੇ ਜਿਹੜਾ ਨਾਰਕਲੀ ਸੀ ਇਹ ਪੁਰਾਣਾ ਬਾਜ਼ਾਰ ਸੀ ਜਿਵੇਂ ਤੁਹਾਨੂੰ ਪੁਰਾਣਾ ਦਿਖਾਇਆ ਲਾਹੌਰ ਦਾ, ਹੁਣ ਜਿਹੜੇ ਨਵੇਂ ਬਾਜ਼ਾਰ ਹੈ ਤੇ ਉੱਥੇ ਕੀ ਕੁਛ ਹੈ ਕਿਹੋ ਜਿਹਾ ਲਾਹੌਰ ਤੇ ਉਹ ਸਾਰਾ ਦਿਖਾਵਾਂਗੇ। ਇੱਥੇ ਤੁਸੀਂ ਆ ਸਕਦੇ ਹੋ, ਜਿਵੇਂ ਤੁਹਾਨੂੰ ਦੱਸਿਆ ਹੋਲਸੇਲ ਦਾ ਜਾਂ ਐਵੇਂ ਦਾ ਕੰਮ ਹੈ, ਬਟ ਬੈਸਟ ਨਹੀਂ ਹੈਗਾ ਇੱਦੋਂ ਲਾਹੌਰ ਦੇ ਨਾ, ਅਸਲ 'ਚ ਕੱਪੜੇ ਲਈ ਹੋਰ ਬਹੁਤ ਸਾਰੀਆਂ ਮਾਰਕੀਟਾਂ ਜਿੱਥੇ ਬਹੁਤ ਵਧੀਆ ਵਧੀਆ ਸਮਾਨ ਹੈ ਜਿਹੜਾ ਉਹ ਕੱਪੜਾ ਉਹ ਮਿਲਦਾ ਹੈ। ਲਾਹੌਰ ਦੀ ਜਿਹੜੀ ਟ੍ਰੈਫਿਕ ਹੈ ਨਾ ਬਾਈ, ਚਾਨ ਖਾ ਲੈਂਦੀ ਹੈ, ਜੇ ਮੇਰਾ ਬੱਸ ਚੱਲੇ ਤੇ ਉੱਡ ਕੇ ਲੰਘ ਜਾ ਕਰ ਇੰਨਾ। ਹਾਂਜੀ ਇੰਨਾ ਤਾਂ ਜਿਹੜਾ ਟਾਈਮ ਆ ਉਹ ਮਾਰਕੀਟਾਂ ਚ ਨਹੀਂ ਜਾਂਦਾ ਹੈਗਾ ਘੁੰਮਣ ਚ ਆਲੇ ਦੁਆਲੇ, ਜਿੰਨਾ ਇੱਥੇ ਟ੍ਰੈਫਿਕ ਚ ਜਾਂਦਾ ਹੈ। ਹਾਂ ਸੇਮ ਹੀ ਹੈ ਸਾਰੀਆਂ, ਲਾਹੌਰ ਤੇ ਇਧਰਲਾ ਤਾਂ ਮਿਨਾਰੇ ਪਾਕਿਸਤਾਨ ਰਿੰਗ ਰੋਡ ਤੇ ਆ ਕਿਹੜੀ ਹੈ ਸ਼ਾਹਲਮ ਮਾਰਕੀਟ, ਪਰ ਸ਼ਾਹਲਮ ਮਾਰਕੀਟ ਆਪਾਂ ਕਿਹੜੀ ਚ ਜਾਣਾ, ਆਪਾਂ ਟਕਸਾਲੀ ਮਾਰਕੀਟ ਜਿਹੜੀ ਸਭ ਤੋਂ ਪੁਰਾਣੀ ਮਾਰਕੀਟ ਹੈ ਜੁੱਤੀਆਂ ਦੀ, ਅਸੀਂ ਉਹ ਚ ਜਾਣਾ, ਜੁੱਤੀ ਅੱਛੀ ਮਿਲ ਵੀ ਜਾਊਗੀ ਕਿਆ ਪਤਾ ਜੀ। ਇਹ ਹੁਣ ਅਸੀਂ ਪਹੁੰਚ ਗਏ ਜੀ ਅੰਦਰੂਨ ਲਾਹੌਰ, ਅੰਦਰੂਨ ਲਾਹੌਰ ਮਤਲਬ ਜਿਹੜਾ ਲਾਹੌਰ ਮੁਗਲਾਂ ਦੇ ਟਾਈਮ ਦਾ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ, ਤੇ ਇਹਨੂੰ ਅੰਦਰੂਨ ਲਾਹੌਰ ਕਹਿ ਦਿੰਦਾ। ਪਾਤਸ਼ਾਹੀ ਮਸਜਿਦ ਆ ਗਈ, ਪਹਿਲਾਂ ਤੁਸੀਂ ਦੇਖਿਆ ਹੋਣਾ ਕਿਸੇ ਵਲੌਗ 'ਚ, ਤੇ ਇਹਦੇ ਜਿੰਨਾ ਨੇੜਲਾ ਇਲਾਕਾ ਹੈ ਸਾਰਾ ਪੁਰਾਣਾ ਵਸਿਆ ਹੋਇਆ ਹੈਗਾ, ਤੇ ਅਨਾਰਕਲੀ ਵੀ ਵੈਸੇ ਜਿਹੜਾ ਲਾਹੌਰ ਦਾ ਕਿਲ੍ਹਾ ਉਹਦੇ ਨਾਲ ਲੱਗਦੀ ਆ, ਤੇ ਦਿੱਲੀ ਗੇਟ ਦੇ ਕੋਲ ਅਨਾਰਕਲੀ ਬਾਜ਼ਾਰ ਪੈਂਦਾ ਹੈਗਾ, ਤੇ ਇਹ ਫੂਡ ਸਟਰੀਟ ਹੈ ਕਿਸੇ ਵਲੌਗ 'ਚ ਸ਼ਾਇਦ ਤੁਹਾਨੂੰ ਪਹਿਲਾਂ ਦਿਖਾਇਆ ਹੋਵੇ, ਜਿੱਥੇ ਹਵੇਲੀ ਆ, ਹਵੇਲੀ ਤੋਂ ਪੂਰਾ ਲਾਹੌਰ ਦਿਖਦਾ, ਇੱਥੇ ਹਵੇਲੀ ਰਹਿ ਗਈ, ਤੇ ਇੱਥੇ ਲੱਗਿਆ ਹੋਇਆ ਬੋਰਡ ਲਵ ਲਾਹੌਰ, ਤੇ ਇੱਥੇ ਖੁੱਸੇ ਵਾਲੀ ਮਾਰਕੀਟ ਹੈ ਜਿਹੜੀ ਜਿੰਨੇ ਖੁੱਸੇ ਮਿਲਦੇ ਨਾ ਮੁਲਤਾਨੀ ਖੁੱਸੇ ਜਾਂ ਲਾਹੌਰ ਦੇ ਜਿੰਨੇ ਮਸ਼ਹੂਰ ਹੈ ਉਹ ਇੱਥੇ ਮਿਲਦੇ ਹੈਗੇ। ਇਹ ਅਸੀਂ ਪਹੁੰਚ ਗਏ ਜੀ ਟਕਸਾਲੀ ਮਾਰਕੀਟ, ਤੇ ਇਹ ਜੁੱਤੀਆਂ ਲਈ ਸਾਰੀ ਮਾਰਕੀਟ ਮਸ਼ਹੂਰ ਹੈ ਜਦੋਂ ਤੁਸੀਂ ਇੱਥੇ ਆਉਣਾ ਟਕਸਾਲੀ ਅੰਦਰੂਨੀ ਲਾਹੌਰ, ਤੇ ਪਹਿਲਾਂ ਤਾਂ ਸਾਨੂੰ ਐਂ ਸੀਗਾ ਵੀ ਇੱਥੇ ਕੀ ਹੋਊ, ਸਹੀ ਗੱਲ ਆ, ਪਰ ਹੁਣ ਸ਼ਾਪਸ ਆਉਣੀਆਂ ਸ਼ੁਰੂ ਹੋਈਆਂ ਸਾਰੀਆਂ,
ਤੇ ਕਸੂਰ ਦਾ ਤਾਂ ਕਹਿੰਦੇ ਜਿਹੜਾ ਨਾਂ ਹੈ ਵੈਸੇ ਹੀ ਮਸ਼ਹੂਰ ਹੈ ਤੇ ਜਿੰਨੀਆਂ ਜੁੱਤੀਆਂ ਅੱਜ ਕੱਲ ਜੁੱਤੀਆਂ ਕੈਨੇਡਾ ਮੈਂ ਕੱਲ ਵਾਲੀ ਵੀਡੀਓ ਚ ਵੀ ਗਿਆ ਸੀਗਾ ਤੇ ਹੁਣ ਦੇਖਦੇ ਆ ਕੀ ਕੁਝ ਮਿਲਦਾ ਮੁਲਤਾਨੀ ਖੁੱਸੇ ਮਿਲਦੇ ਕੀ ਮਿਲਦਾ ਇਹ ਦੇਖੋ ਜੀ ਜੁੱਤੀਆਂ ਇਥੋਂ ਦੀਆਂ ਲਾਹੌਰ ਦੀਆਂ ਤੇ ਇਹਨਾਂ ਨੂੰ ਖੁੱਸੇ ਬੋਲਦੇ ਵੈਸੇ ਜੁੱਤੀ ਨੀ ਹੈਗੀ ਖੁੱਸਾ ਹੈਗਾ ਖੁੱਸੇ ਆ ਇਹ ਬਾਪੂ ਜੀ ਬੋਲਦੇ ਆ ਦੇਖੋ ਆਪਣੇ ਆ ਕਿੰਨੀ ਵਧੀਆ ਚੀਜ਼ ਬਣਾਈ ਹੋਈ ਹੈ ਕਾਫੀ ਜਾਣੇ ਕਹਿੰਦੇ ਇੰਡੀਆ ਚ ਵੀ ਆਪਣੇ ਬਹੁਤ ਕੁਛ ਮਿਲਦਾ ਮਿਲਦਾ ਤਾਂ ਬਈ ਸਾਰੇ ਕਿਤੇ ਹੁੰਦਾ ਮਿਲਦਾ ਤਾਂ ਇੰਗਲੈਂਡ ਚ ਵੀ ਹੈ ਮਿਲਦਾ ਤਾਂ ਕੈਨੇਡਾ ਚ ਵੀ ਹੈ ਪਰ ਗੱਲ ਮਹਿੰਗੇ ਸਸਤੇ ਚ ਹੁੰਦੀ ਹੈ ਜਿੱਥੇ ਓਰੀਜਨਲ ਬਣਦਾ ਉੱਥੇ ਠੀਕ ਰੇਟ ਮਿਲ ਜਾਂਦਾ ਨਹੀਂ ਪਰ ਛੁਰੀ ਧਰੀ ਹੁੰਦੀ ਅਗਲੇ ਨੇ ਛੁਰੀ ਧਰ ਦਿੰਦਾ ਅਗਲਾ ਤੇ ਆਹ ਦੇਖੋ ਇਹ ਚੀਜ਼ਾਂ ਹਾਂਜੀ ਜ਼ਿਆਦਾ ਮੁਲਤਾਨੀ ਖੁੱਸਾ ਬਹੁਤ ਮਸ਼ਹੂਰ ਹੈ ਰੇਟ ਵੀ ਫੇਰ ਹੀ ਪਤਾ ਲੱਗੂ ਐ ਨੀ ਹੈਗਾ ਵੀ ਜਿਹਦੇ ਬਹਿ ਗਏ ਉਹਦੇ ਹੀ ਲੈ ਲੈਣੀ ਹੈ ਕਿਉਂ ਵੀਰਾ ਸਹੀ ਹੈ ਨਾ ਰੇਟ ਕਰਾ ਲੈਣੇ ਬਹਿਸ ਬੂਸ ਕਰਕੇ ਅਬੀਰਾ ਜਦੋਂ ਨਾਲ ਹੈ ਸਾਨੂੰ ਫਿਰ ਜ਼ਰੂਰਤ ਨਹੀਂ ਇੱਕ ਹੋਰ ਦੁਕਾਨ ਤੇ ਆਏ ਹਾਂ ਬਈ ਆਹ ਦੁਕਾਨ ਹਜੇ ਲੱਗਦੀ ਹੈ ਕੁਛ ਵਧੀਆ ਵੀ ਇਹਦੇ ਵਧੀਆ ਚੀਜ਼ਾਂ ਮਿਲ ਜਾਣਗੀਆਂ ਦੇਖੋ ਕਿੱਡੇ ਸੋਹਣੇ ਸੋਹਣੇ ਖੁੱਸੇ ਪਏ ਆ ਤੇ ਇਹੋ ਜਿਹੀਆਂ ਦੁਕਾਨਾਂ ਹੀ ਦੁਕਾਨਾਂ ਇੱਥੇ ਜੁੱਤੀ ਲਾਹੌਰ ਦੀ ਇਹਦਾ ਮਤਲਬ ਤੁਹਾਨੂੰ ਸ਼ੋਪਿੰਗ ਦਾ ਤਾਂ ਹੈ ਜਿੱਥੇ ਕਿਉਂਕਿ ਵੀ ਜਦੋਂ ਲਾਹੌਰ ਤੁਸੀਂ ਆਓ ਕਿੱਥੋਂ ਕਿਹੜੀਆਂ ਚੀਜ਼ਾਂ ਲੈ ਸਕਦੇ ਵਲੌਗ ਹੀ ਤਾਂ ਬਣਾ ਰਹੇ ਹਾਂ ਤੇ ਇੱਥੋਂ ਜੁੱਤੀਆਂ ਤੁਸੀਂ ਲੈਣੀਆਂ ਟਕਸਾਲੀ ਮਾਰਕੀਟ ਚੋਂ ਸਾਰੀਆਂ ਹਾਂਜੀ ਕੌਣ ਦੇਖਦਾ ਵਲੌਗ ਅੱਛਾ ਅੱਗੇ ਨੇ ਮਿਲਾਉਂਦੇ ਹਾਂ ਜੀ ਤੁਹਾਨੂੰ ਉਹਨਾਂ ਨਾਲ ਵੀ ਆਇਓ ਜਿਹੀਆਂ ਜੁੱਤੀਆਂ ਇਹੋ ਜਿਹੀ ਤਾਂ ਭਿੱਖੀ ਵੀ ਮਿਲੀ ਜਾਂਦੀ ਹਾਂਜੀ ਵਿਕਾਸ ਨਹੀਂ ਆਏ ਜੀ ਕੌਣ ਦੇਖਦਾ ਵਲੌਗ ਤੁਸੀਂ ਦੇਖਦੇ ਹੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਿਰ ਨਵੇਂ ਵਲੌਗ ਚ ਹਾਂਜੀ ਤੁਸੀਂ ਦੇਖੋਗੇ ਹੁਣ ਆਪਣੇ ਸੁਰਜਨ ਸਿੰਘ ਨਨਕਾਣਾ ਸਾਹਿਬ ਹਾਂਜੀ ਉਹ ਫਿਰ ਉੱਥੇ ਉਹ ਗੁੜ ਵਾਲਾ ਜਿਹੜਾ ਉਹ ਵੀ ਤੁਸੀਂ ਖਾਧਾ ਗਰਮ ਗਰਮ ਸਾਰਾ ਕੁਝ ਦੇਖਿਆ ਕਿਲੇ ਦੇ ਪ੍ਰੋਗਰਾਮ ਸਾਰੇ ਹੁਣ ਸਾਨੂੰ ਜੁੱਤੀਆਂ ਦੇ ਦੋ ਵਧੀਆ 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 ਜੁੱਤੀਆਂ ਉਹ ਵੀ ਭਾ ਸਿਰ ਛੁਰੀ ਲਾਉਣੀ ਅੱਛਾ ਤੁਹਾਡੇ ਕੋਲ ਆਉਂਦੇ ਮੈਨੂੰ ਵਿਕਾਸ ਨਾਲ ਕਹਿੰਦੇ ਜੇ ਗੱਲ ਕਰਾ ਦਿੰਦਾ ਨਹੀਂ ਨਹੀਂ ਬਸ ਫਿਰ ਠੀਕ ਹੈ ਠੀਕ ਹੈ ਬਸ ਹੁਣ ਤੁਹਾਡੇ ਤੋਂ ਹੀ ਲੈਣੀਆਂ ਜੁੱਤੀਆਂ ਜੀ ਹੋਰ ਸਭ ਖੈਰੀਅਤ ਜੀ 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 ਵਧੀਆ ਇਹ ਦੇਖੋ ਜੀ ਆ ਪਈ ਹੈ ਜੁੱਤੀ ਇਹ ਇਹਨੂੰ ਕੀ ਖੁੱਸਾ ਬੋਲਦੇ ਆ ਜੀ ਮੁਲਤਾਨ ਦਾ ਇਹ ਕਿੱਥੋਂ ਦਾ ਸ਼ਰਪੁਰ ਦਾ ਬਣਿਆ ਸ਼ਰਪੁਰ ਵੈਸੇ ਮੁਲਤਾਨ ਦਾ ਨਹੀਂ ਮਸ਼ਹੂਰ ਹੁੰਦਾ ਕਸੂਰ ਦੀ ਤਾਂ ਗਾਣਿਆਂ ਚ ਹੀ ਰਹਿ ਗਈ ਹੁਣ ਕਹਿੰਦੇ ਦੁਕਾਨਾਂ ਦਾ ਹੈ ਨੀ ਅਸੀਂ ਕਸੂਰ ਵੀ ਜਾ ਕੇ ਆਏ ਹਾਂ ਜਿਹੜੀ ਕਸੂਰ ਦੀ ਜੁੱਤੀ ਹੈ ਨਾ ਆਪਾਂ ਨੂੰ ਉਧਰਲੇ ਪੰਜਾਬ ਚ ਬੈਠੇ ਨੂੰ ਐਂ ਲੱਗਦਾ ਵੀ ਕਸੂਰੀ ਜੁੱਤੀ ਬਾਹਲੀ ਮਸ਼ਹੂਰ ਹੈ ਕਸੂਰ ਦੀ ਤਾਂ ਗਾਣੇ ਕਰਕੇ ਮਸ਼ਹੂਰ ਹੈ ਤੇ ਵੈਸੇ ਕੋਈ ਨੀ ਮਸ਼ਹੂਰ ਕਿਉਂਕਿ ਦੋ ਕੁ ਦੁਕਾਨਾਂ ਹੀ ਹੈ ਕਸੂਰ ਚ ਹੁਣ ਦੋ ਜਾਂ ਤਿੰਨ ਇਹ ਤੋਂ ਵੱਧ ਦੁਕਾਨਾਂ ਨੀ ਹੈਗੀਆਂ ਤੇ ਇੱਥੇ ਲਾਹੌਰ ਚ ਜਿਹੜਾ ਟਕਸਾਲੀ ਮਾਰਕੀਟ ਹੈ ਇੱਥੇ ਤੁਹਾਨੂੰ ਜ਼ਿਆਦਾ ਸ਼ੋਪਸ ਮਿਲਣਗੀਆਂ ਵਰਾਇਟੀ ਵੀ ਜ਼ਿਆਦਾ ਮਿਲੂਗੀ ਕੁਆਲਿਟੀ ਵੀ ਜ਼ਿਆਦਾ ਮਿਲੂਗੀ ਸਾਰਾ ਕੁਛ ਇੱਥੇ ਵਧੀਆ ਮਿਲਦਾ ਤੇ ਹੁਣ ਅਸੀਂ ਕੁਛ ਜੁੱਤੀਆਂ ਲੈਣੀਆਂ ਤੇ ਅਬੀਰਾ ਨੇ ਕੁਛ ਸਾਨੂੰ ਜੁੱਤੀਆਂ ਦਵਾਉਣੀਆਂ ਅਬੀਰ ਮੈਨੂੰ ਕਿਹੜੀ ਜੁੱਤੀ ਦਵਾਉਣੀ ਹੈ ਕਲੈਕਸ਼ਨ ਦੇ ਵਿੱਚ ਆ ਦੋ ਜੋ ਤੁਰ ਕੇ ਨਾ ਲੰਘਿਓ ਤੁਸੀਂ ਜਿਹੜੀ ਕੈਨਾਲ ਰੋਡ ਹੈ ਨਾ ਜਿਹੜਾ ਜਿਹੜੀ ਵਾਗੇ ਤੋਂ ਨਹਿਰ ਆਉਂਦੀ ਹੈ ਉਹਦੇ ਚ ਇਹਦੇ ਚ ਇਹ ਤਾਂ ਕਿਸ਼ਤੀ ਹੈ ਜੁੱਤੀ ਨੀ ਹੈਗੀ ਕਿਸ਼ਤੀ ਐਡੀ ਜੁੱਤੀ ਸਾਡੇ ਅੰਮ੍ਰਿਤਸਰ ਚ ਵੀ ਟੰਗੀ ਹੋਈ ਹੈ ਤੁਹਾਨੂੰ ਦੱਸਦਾ ਹਾਂਜੀ ਅੰਮ੍ਰਿਤਸਰ ਤੇ ਲਾਹੌਰ ਇੱਕੋ ਹੀ ਆ ਹੁਣ ਅੰਮ੍ਰਿਤਸਰ ਵੀ ਆਇਓ ਤੁਹਾਨੂੰ ਅੰਮ੍ਰਿਤਸਰ ਵੀ ਘੁਮਾਵਾਂਗੇ ਲਾਹੌਰ ਦੀਆਂ ਗਲੀਆਂ ਤਾਂ ਸਾਨੂੰ ਘੁਮਾ ਦੀਆਂ ਇਹ ਆ ਗਿਆ ਜੀ ਖੁੱਸਾ ਜੁੱਤੀ ਮੁਲਤਾਨੀ ਖੁੱਸਾ ਦੇਖੋ ਕਿੱਡਾ ਸੋਹਣਾ ਇਹ ਜੁੱਤੀ ਲਈ ਹੈ ਖੁਸ਼ੀ ਲਈ ਦੇਖੋ ਕਿੱਡੀ ਕਲਾਸ ਹੈ ਬਹੁਤ ਸੋਹਣੀ ਜੁੱਤੀ ਹੈ ਯਾਰ
ਥੱਲੇ ਵੀ ਕੰਮ ਕੀਤਾ ਤੇ ਸਾਰੀ ਮਿਲੀ ਹੈ ਇੱਥੇ 1000 ਰੁਪਏ ਦੀ, 1000 ਇੰਡੀਆ ਦਾ ਬਣ ਗਿਆ 300 ਰੁਪਏ ਦੀ ਜੁੱਤੀ ਮਿਲੀ ਹੈ ਇਹਨਾਂ ਦੇ ਹੋ ਕੇ ਤੁਸੀਂ ਲੈ ਜੁੱਤੀਆਂ ਦੀ ਦਰਜਨ ਲੈ ਲਈ ਜੀ ਸਹੀ ਰੇਟ ਦੱਸੋ ਯਾਰ ਇਹਨਾਂ ਦਾ ਕਿ ਅਸੀਂ ਜੁੱਤੀਆਂ ਦਾ ਬਿਜ਼ਨਸ ਸ਼ੁਰੂ ਕਰ ਦੇਣਾ ਹੋਰ ਤਾਂ ਕੰਮ ਸਾਰੇ ਹੋ ਕੇ ਗਏ ਸਹੀ ਗੱਲ ਹੈ ਮੈਂ ਕਹਿ ਲੈ ਸਾਹਮਣੇ ਦੇ ਦਿਓ ਫਿਰ ਕਹਿਣਗੇ ਵੀ ਵੀਰਾ ਤੋਂ ਵਾਲਾ ਕੁਛ ਲੈ ਲਿਆ ਵੈਸੇ ਪਤਾ ਇਹਨਾਂ ਨੇ ਕੀ ਕਹਿਣਾ ਹੁੰਦਾ ਮੈਂ ਪਾਕਿਸਤਾਨ ਦੀ ਆ ਇੱਥੋਂ ਹੀ ਆ ਮੈਨੂੰ ਪਤਾ ਮੈਨੂੰ ਨਾ ਰੇਟ ਪਤਾ ਸਾਡੇ ਕੋਲ ਨੀ ਤਾਂ ਹੁਣ ਤੁਸੀਂ ਭਾਵੇਂ ਫ੍ਰੀ ਲੈ ਅਸੀਂ ਤੁਹਾਡੇ ਹਵਾਲੇ ਕਰ ਅਸੀਂ ਕੁਛ ਜੁੱਤੀਆਂ ਲੈ ਲਈਆਂ ਤੇ ਕੁਛ ਹੋਰ ਲੈਣੀਆਂ ਤੇ ਜਿਹੜੀ ਇਹ ਮਾਰਕੀਟ ਹੈ ਨਾ ਇਹ ਇਸ ਤਰ੍ਹਾਂ ਲੱਗਦੀਆਂ ਜਿਵੇਂ ਦਿੱਲੀ ਦੇ ਚਾਂਦਨੀ ਚੌਂਕ ਚ ਫਿਰਦੇ ਹੋ ਲਾਹੌਰ ਤੇ ਦਿੱਲੀ ਮਸ਼ਹੂਰ ਆ ਉਹ ਹੈਗੀਆਂ ਆਹ ਚੀਜ਼ਾਂ ਤੇ ਇਹ ਅਸੀਂ ਲੈਣੀ ਹੈਗੀਆਂ ਤੇ ਇਹ ਇੱਥੇ ਬਾਟਾ ਦੇ ਵੀ ਬਣਦੇ ਬਾਟਾ ਵੀ ਬਣਾਉਂਦਾ ਪਿਸ਼ਾਵਰੀ ਚੱਪਲ ਬੋਲਦੇ ਇਹਨੂੰ ਪਿਸ਼ਾਵਰ ਦੀ ਚੱਪਲ ਬਹੁਤ ਵਧੀਆ ਹੰਡਦੀ ਆ ਇਹ ਬਹੁਤ ਵਧੀਆ ਚੀਜ਼ ਹੁੰਦੀ ਆਹ ਰੰਗ ਸੋਹਣਾ ਹੈਗਾ ਤੇ ਇਹੋ ਜਿਹੀਆਂ ਚੀਜ਼ਾਂ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਲਓ ਜੀ ਹੁਣ ਅਸੀਂ ਪਹੁੰਚ ਗਏ ਗੁਲਬਰਗ ਏਰੀਏ ਦੇ ਵਿੱਚ ਤੇ ਇੱਥੇ ਕਾਫੀ ਪੀਣ ਦੇ ਲਈ ਆਇਆ ਸ਼ਾਪਿੰਗ ਬਹੁਤ ਹੋ ਗਈ ਤੇ ਗੁਲਬਰਗ ਹੈ ਨਾ ਏਰੀਆ ਹੋਟਲ ਨੇ ਕਿੱਦਾਂ ਇੰਡੀਆ ਪਾਕਿਸਤਾਨ ਦਾ ਨਾਮ ਕੀ ਹੈ ਟਿਮ ਹਾਟਨ ਇਹ ਕਿਹੜਾ ਹੋਟਲ ਆ ਹੋਟਲ ਨਹੀਂ ਹੈਗਾ ਟਿਮ ਹਾਟਨ ਉਹ ਤਾਂ ਮੈਨੂੰ ਕਹੀ ਜਾਂਦੇ ਆ ਗੁਲਬਰਗ ਦੇ ਵਿੱਚ ਮੈਂ ਕਦੀ ਆਈ ਨਹੀਂ ਐ ਕਦੀ ਜੁਗਤਾ ਨਾ ਮਾਰੋ ਮੇਰੇ ਨਾਲ ਮੈਨੂੰ ਸਭ ਪਤਾ ਤੁਹਾਨੂੰ ਟਿਮ ਹਾਟਨ ਦਾ ਨਹੀਂ ਪਤਾ ਕੈਨੇਡਾ ਵਾਲੇ ਦਾ ਬਹੁਤ ਹੱਥਾਂ ਚ ਰੈਡ ਰੈਡ ਜੇ ਗਲਾਸ ਚੱਕੇ ਹੁੰਦੇ ਉਹਨਾਂ ਨੇ ਸਨੋ ਪੈਂਦੀ ਹੁੰਦੀ ਹੈ ਕਹਿੰਦੇ ਆਹ ਸਾਨੂੰ ਐਨਰਜੀ ਦਿੰਦੀ ਹੈ ਕਹਿੰਦੇ ਇਹ ਤੋਂ ਬਿਨਾਂ ਸਾਡਾ ਕੰਮ ਨਹੀਂ ਚੱਲਦਾ ਮੈਂ ਕਿਹਾ ਅਸੀਂ ਵੀ ਬਾਜ਼ਾਰਾਂ 'ਚ ਅੱਜ ਭੱਜੇ ਫਿਰਦੇ ਹਾਂ ਅਸੀਂ ਵੀ ਦੇਖ ਲਈ ਕਿੰਨੀ ਕੁ ਐਨਰਜੀ ਆਉਂਦੀ ਹੈ ਇਹਦੇ ਨਾਲ ਹੈ ਆਹ ਕੁਛ ਖਾਣ ਪੀਣ ਨੂੰ ਲਿਆ ਅਤੇ ਬਾਕੀ ਆ ਕੌਫੀ ਹੋ ਗਈਆਂ ਬਸ ਫਿਰ ਬਾਜ਼ਾਰ 'ਚ ਫਿਰ ਜਾਣਾ ਇੱਕ ਨਵੀਂ ਮਾਰਕੀਟ ਲੈ ਕੇ ਜਾਣਾ ਇਹ ਇਹਨਾਂ ਨੇ ਖੰਡ ਦੀਆਂ ਬੋਰੀਆਂ ਦਿੱਤੀਆਂ ਅਬੀਰਾ ਭੈਣੇ ਇਹ 'ਚ ਮਿੱਠਾ ਨਹੀਂ ਹੁੰਦਾ ਇਹ 'ਚ ਖੰਡ ਪਾ ਲਓ ਤੁਸੀਂ ਦੋ ਬੋਰੀਆਂ ਲਾਓਗੇ ਕਿ 3 ਬੋਰੀਆਂ ਲਾਓਗੇ ਵੇਚਾਂਗੇ ਇਹ ਕਹਿੰਦੇ ਜੇਬ ਚ ਪਾ ਲਓ ਇਹਨਾਂ ਨੂੰ ਵੇਚਾਂਗੇ ਬਾਹਰ ਜਾ ਕੇ ਇੰਨੀ ਮਹਿੰਗੀ ਕੌਫੀ ਜਿਨ੍ਹਾਂ ਦੀ ਹੈ ਹਲੋ ਲਓ ਜੀ ਕੈਮ ਹੋ ਗਏ ਕੌਫੀ ਪੀ ਗਏ ਅਤੇ ਹੁਣ ਅਸੀਂ ਜਾਣਾ ਲਿਬਰਟੀ ਮਾਰਕੀਟ ਲਿਬਰਟੀ ਇੱਥੇ ਨੇੜੀ ਹੈ ਇਹ ਜਿਹੜਾ ਗੁਲਬਰਗ ਹੈ ਨਾ ਪੌਸ਼ ਏਰੀਆ ਚੌਂਕ ਸੁਣਿਆ ਲਾਹੌਰ ਦਾ ਲਾਹੌਰ ਦਾ ਯਾਰ ਤੇ ਤੁਹਾਨੂੰ ਹੁਣ ਥੋੜਾ ਵਧੀਆ ਆਲਾ ਦਵਾਲਾ ਵੀ ਦਿਖਾਈਏ ਪੁਰਾਣਾ ਲਾਹੌਰ ਘਮਾਤਾ ਸ਼ਾਮ ਵੀ ਹੋ ਗਈ ਚੌਂਕ ਸ਼ਾਇਦ ਉਹ ਹਨੇਰਾ ਹੋਣਾ ਸ਼ੁਰੂ ਹੋ ਗਿਆ ਬਰਡ ਹਾਊਸ ਬਣਾਇਆ ਸੀਗਾ ਚੌਂਕ ਤੇ ਹੋਰ ਭਾਈ ਜੀ ਬਾਕੀ ਵੀ ਨਹੀਂ ਯਾਦ ਇਹ ਅਸੀਂ ਪਹੁੰਚ ਗਏ ਹੁਣ ਲਿਬਰਟੀ ਮਾਰਕੀਟ ਤੇ ਇਹ ਥੋੜਾ ਜਿਹਾ ਸਟੈਂਡਰਡ ਹੈ ਇਹਦਾ
ਜਿਵੇਂ ਆਪਣੇ ਵੱਡੇ ਸ਼ਹਿਰਾਂ 'ਚ ਮਾਰਕੀਟਸ ਹੁੰਦੀਆਂ ਉਵੇਂ ਦੀ ਬਣੀ ਹੋਈ ਹੈ, ਤੇ ਜਿੰਨੇ ਬਾਹਰੋਂ ਆਉਂਦੇ ਆ, ਕਿਉਂਕਿ ਸਾਨੂੰ ਵਿਕਾਸ ਬਾਈ ਦੱਸਦੇ ਸੀਗੇ ਯੂ ਐਸ ਏ ਤੋਂ, ਯੂ ਕੇ ਤੋਂ, ਜਿੰਨੇ ਕਹਿੰਦੇ ਜਿੰਨੀ ਅੱਛਾ ਅਲੱਗ ਅਲੱਗ ਸ਼ੋਪਿੰਗ ਨੂੰ ਅੱਡੇ ਬਣੇ ਹੋਏ, ਅਤੇ ਜਿਹਨੇ ਇੰਡੀਆ ਤੋਂ ਸੰਗਤ ਸ਼ੋਪਿੰਗ ਕਰਦੀ ਉਹ ਜਿਹੜਾ ਓਲਡ ਲਾਹੌਰ ਹੈ ਉੱਥੋਂ ਕਰਦੀ ਹੈ, ਅਤੇ ਜਿਹੜਾ ਇਹ ਪਾਸਾ ਇੱਥੇ ਜਿੰਨੇ ਐੱਨ ਆਰ ਆਈ ਆ ਪੰਜਾਬੀ ਉਹ ਆਉਂਦੇ ਆ ਉਹ ਇੱਥੋਂ ਕਰਦੇ ਆ। ਹੁਣ ਇੱਥੋਂ ਦਾ ਆਲਾ ਦੁਆਲਾ ਕਿਹੋ ਜਿਹਾ ਅਤੇ ਉਹ ਥੋੜ੍ਹਾ ਜਿਹਾ ਤੁਹਾਨੂੰ ਦਿਖਾਉਂਦੇ ਆ। ਲੱਖ ਰੁਪਏ ਦਾ ਚਲੋ ਜਾ ਕੇ ਆਉਂਦੇ ਆ। ਇਹ ਕਹਿੰਦੇ ਲਿਬਰਟੀ ਲਿਬਰਟੀ ਮਾਰਕੀਟ ਚ ਲਾਹੌਰ ਸਲੀਮ ਫੈਬਰਿਕ ਲਾਹੌਰ ਦੀ ਕਹਿੰਦੇ ਸਭ ਤੋਂ ਮਹਿੰਗੀ ਦੁਕਾਨ ਹੈ ਵੀਰ, ਇਹ ਵੀ ਦੱਸ ਰਹੇ ਆ ਕਹਿੰਦੇ ਛੁਰੀ ਧਰ ਦਿੰਦੇ ਤਾਂ ਕਰਕੇ ਕਹਿੰਦੇ ਮੈਂ ਇਹਦਾ ਨਾਮ ਰੱਖਿਆ ਹੋਇਆ ਸਲੀਮ ਛੁਰੀਆਂ ਵਾਲੇ। ਹਾਂਜੀ ਚੈਨਲ ਨੇਮ ਜੀ ਕੀ ਹੈ? ਅਬੀਰਾ ਖਾਨ ਰੋਡ ਸ਼ੋ ਮਸ਼ਹੂਰੀ ਕਰ ਦਿੱਤੀ। ਉਹ ਦੁਕਾਨ ਹੀ ਬਹੁਤ ਵੱਡੀ ਆ ਯਾਰ ਇਹਨਾਂ ਦੀ ਤਾਂ, ਤੇ ਆ ਗਏ ਬੰਦੇ ਦਿਖਾਉਣ। ਉਹ ਫਰਨੀਚਰ ਕਿੰਨਾ ਸੋਹਣਾ ਹੈ ਦੇਖਿਓ ਖੁਸ਼ੀ, ਫਰਨੀਚਰ ਕਿੰਨਾ ਸੋਹਣਾ ਦੇਖੋ, ਹੈਂਡਮੇਡ ਫਰਨੀਚਰ ਰੱਖਿਆ। ਮੈਂ ਉਹੀ ਗੱਲ ਕਹਿ ਰਿਹਾ, ਕਮਾਲ ਆ ਦੇਖੋ ਬੈਠਣ ਨੂੰ ਯਾਰ, ਇਹੋ ਜਿਹਾ ਫਰਨੀਚਰ ਪਾਕਿਸਤਾਨ ਚ ਬਣਦਾ ਹੈਂਡਮੇਡ ਆ, ਤੇ ਉੱਪਰਲੇ ਪਾਸੇ ਲੈ ਕੇ ਚੱਲੇ ਆ ਸਾਨੂੰ। ਕਹਿੰਦੇ ਵੀਰਾ ਕਿੰਨੇ ਦਾ? ਮੈਂ ਕਿਹਾ ਕਿੰਨੇ ਦਾ? ਸਸਤਾ ਹੀ ਆ। ਮੈਂ ਕਿਹਾ ਕਿੰਨੇ ਦਾ? 30,500 ਦਾ। 38,000 ਦਾ ਮਹਿੰਗੇ ਲੈ ਨਹੀਂ ਸਕਦੇ ਹੈਂ? ਮਹਿੰਗੇ ਲੈ ਨਹੀਂ ਸਕਦੇ, ਮੈਂ ਜਾਣਦਾ ਤੇ ਮੈਂ ਜੁੱਤਾ ਲਾਉਂਦੇ ਆ। ਅੱਛਾ ਤੁਸੀਂ ਤਾਈਆਂ ਜੁਗਤਾ ਲਾਉਂਦੇ ਹੋ? ਜੁਗਤ ਲਾ ਦੇਣੀ ਤੁਹਾਡੇ ਤੇ ਜਨਾਬ, ਨੁਕਰੇ ਵੀ ਲਾ ਦੇਣ, ਅਸੀਂ ਕੀ ਕਹਿਣਾ ਉਹਨਾਂ ਨੂੰ। ਲਓ ਜੀ ਇਹ ਨੇ ਜੀ ਸਲੀਮ ਫੈਬਰਿਕ ਵਾਲੇ, ਤੇ ਵਧੀਆ ਕੁਆਲਿਟੀ ਦਾ ਜੇ ਕੱਪੜੇ ਲੈਣੇ ਇੱਥੋਂ ਮਿਲ ਜਾਂਦੇ। ਉਹ ਯਾਰ ਕਮਾਲ ਆ, ਆਹ ਦੇਖੋ ਆਹ ਕਿੱਡੇ ਸੋਹਣੇ ਭਾਈ। ਨਹੀਂ ਮੈਨੂੰ ਇਦਾਂ ਦੇ ਸੂਟ ਅੱਛੇ ਲੱਗਦੇ ਆ। ਹਾਂਜੀ ਆ ਡੰਮੀ ਤੇ ਲਾਇਆ ਜਿਹੜਾ, ਬੜੇ ਸੋਹਣੇ ਸੋਹਣੇ ਮੈਨੂੰ ਇਦਾਂ ਲੱਗਦਾ। ਵੀਰਾ ਸਹੀ ਨਾਮ ਦਿੱਤਾ ਤੁਸੀਂ, ਸਹੀ ਨਾਮ ਉਹ ਇੱਧਰ ਆ ਕੀ ਹੋ ਗਿਆ? ਹਾਂਜੀ ਸਤਿ ਸ੍ਰੀ ਅਕਾਲ ਜੀ, ਵਾਲੇਕਮ ਸਲਾਮ। ਸਾਡਾ ਕੋਈ ਫੈਨ ਹੀ ਨੀ? ਸਾਡੀ ਆਪ ਵੀ ਆ ਜਾ। ਨਹੀਂ ਨਹੀਂ ਤੁਸੀਂ ਇਹਨਾਂ ਨਾਲ ਕਿਉਂ, ਤੁਸੀਂ ਵੀ ਆ ਜਾਓਗੇ। ਲਾਹੌਰ ਦੀ ਵੱਡੀ ਦੁਕਾਨ ਤੇ ਸਭ ਤੋਂ ਮਹਿੰਗੀ ਦੁਕਾਨ ਇਹ ਹੈ। ਗੇੜਾ ਤਾਂ ਮਾਰਨਾ ਬਣਦਾ ਯਾਰ ਇੱਥੇ, ਵਧੀਆ ਰਹੇ ਆ ਗਏ ਦੇਖ ਕੇ। ਇਹ ਵੀ ਰੰਗ ਆ ਲਾਹੌਰ ਦੇ। ਹਾਂਜੀ ਮਸ਼ਹੂਰ ਬੰਦੇ ਆ ਗਏ ਜੁਗਤ ਵਾਲੀ ਕੁੜੀ ਸਾਡੀ ਦੁਕਾਨ ਤੇ ਆ ਗਈ, ਇੰਨੇ ਹੀ ਬਹੁਤ ਆ ਹੈ ਕਿ ਨਹੀਂ? ਜੂਸ ਮੈਂ ਕਹਿੰਦੇ ਪਾਣੀ ਆ ਯਾਰ, ਨਾ ਵੀਰਾਂ ਨਾਲ ਲਾਹੌਰ ਘੁੰਮਣ ਦਾ ਆਪਣਾ ਹੀ ਮਜ਼ਾ ਹੈਗਾ। ਇੰਨਾ ਕੁ ਸੇਵਾ ਪਾਣੀ ਹੁੰਦਾ ਨਾ, ਬੰਦਾ ਖਾਗਾ ਰਾਜੇ ਦਾ। ਤੁਸੀਂ ਆ ਦੇਖ ਲਓ ਸਵੇਰ ਦੇ ਤੁਰੇ ਫਿਰਦੇ, ਪਹਿਲਾ ਜੂਸ ਪਿਲਾਇਆ ਕਿਸੇ ਨੇ? ਬੇਇੱਜ਼ਤੀ ਜੁਗਤਾਂ, ਬੇਇੱਜ਼ਤੀ ਨੀ ਕਹਿੰਦੇ ਇਹਨੂੰ, ਜੁਗਤਾਂ ਕਹਿੰਦੇ ਆ, ਅਸੀਂ ਵੀ ਸਿੱਖ ਗਏ ਜੁਗਤਾਂ ਹੁਣ। ਇਹ ਸੂਟ ਬਈ ਮੈਨੂੰ ਬੜਾ ਸੋਹਣਾ ਲੱਗਦਾ ਹੈ ਅਬੀਰਾ, ਦੇਖੋ ਪੁੱਛੋ ਕਿੰਨੇ ਦਾ?
3,15,000 ਇੰਨਾ ਯਾਰ ਇਹ ਚ ਕੀ ਹੈ ਕੋਈ 80,000-70,000 ਦੇਖਾ ਐਡੀ ਕੋਈ ਖਾਸ ਗੱਲ ਤਾਂ ਨੀ ਯਾਰ ਸੂਚ ਕਮਾਲ ਹੋ ਗਈ ਯਾਰ 3,15,000 ਰੁਪਏ ਇੰਡੀਅਨ 1,00,000 ਦਾ ਇੰਨਾ ਮਹਿੰਗਾ ਕਿਉਂ ਹੈ ਬਾਈ ਇਹ ਟੋਟਲ ਹੈਂਡਮੇਡ ਹੈਗਾ ਅੱਛਾ ਹੈਂਡਮੇਡ ਆ ਯਾਰ ਮੈਂ ਦੁਕਾਨ ਤੇ ਕੰਮ ਕਰਦਾ ਹਾਂ ਮੈਨੂੰ ਤਾਂ ਪੇਟ ਦੇ ਦੋ ਐਸੀ ਨਹੀਂ ਪਰ ਸਾਨੂੰ ਜਿਹੜਾ ਹੱਥ ਨਹੀਂ ਨਹੀਂ ਹਾਂਜੀ ਜਿਹੜੀ ਪਿੱਛੇ 01 ਘਟਾ ਦੋ ਸੀ 31,000 ਦਾ ਲੈ ਇਹ ਕਹਿੰਦੇ ਭਾਵੇਂ ਖੁਸ਼ੀ ਇਹ ਕਹਿੰਦੇ ਭਾਵੇਂ ਫੁੱਟ ਮੇਟ ਦੇ ਦੋ ਸਾਨੂੰ ਤਾਂ ਸਸਤਾ ਦੇ ਦੋ ਚਲੋ ਜੀ ਨਿਕਲੋ ਇੱਥੋਂ ਇਹਨਾਂ ਦੇ ਨਾ ਅਲੱਗ ਅਲੱਗ ਸੈਕਸ਼ਨ ਆ ਦੁਕਾਨ ਚ ਤੇ ਦੁਕਾਨ ਚ ਆਇਆ ਦੇਖੋ ਸਾਰੇ ਕਿਤੇ ਅਲੱਗ ਅਲੱਗ ਰੱਖੇ ਹੋਏ ਇੱਥੇ ਲਹਿੰਗਾ ਟਾਈਪ ਸੂਟ ਰੱਖੇ ਹੋਏ ਇਹਨਾਂ ਨੇ ਤੇ ਜਿਵੇਂ ਇਸ ਤਰ੍ਹਾਂ ਦੇ ਲਹਿੰਗਾ ਟਾਈਪ ਸੂਟ ਆ ਵੈਸੇ ਯਾਰ ਸੂਟ ਸੋਹਣੇ ਇਹਨਾਂ ਦੇ ਇੰਨੇ ਮਾੜੇ ਨਹੀਂ ਹੈਗੇ ਸ਼ਾਮ ਦੀਆਂ ਮਹਿਫਲਾਂ ਭਖਣੀਆਂ ਸ਼ੁਰੂ ਹੋ ਗਈਆਂ ਜਿਵੇਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਕਈ ਵਾਰ ਦੱਸਿਆ ਕਿ ਜਿਹੜਾ ਲਾਹੌਰ ਆ ਉਹ ਦਿਨ ਨਾਲੋਂ ਜ਼ਿਆਦਾ ਜਿਹੜਾ ਰਾਤ ਨੂੰ ਜਾਗਦਾ ਰਾਤ ਨੂੰ 2-2 ਵਜੇ ਤੱਕ ਲਾਹੌਰ ਦੀਆਂ ਫੂਡ ਸਟਰੀਟ ਲਾਹੌਰ ਦੀਆਂ ਮਾਰਕੀਟਸ ਇਹ ਖੁੱਲੀਆਂ ਰਹਿੰਦੀਆਂ ਜਦੋਂ ਤੁਸੀਂ ਸ਼ਾਪਿੰਗ ਕਰਨੀ ਹੋ ਨਾ ਦਿਨ ਨਾਲੋਂ ਬੈਟਰ ਹੈ ਵੀ ਰਾਤ ਨੂੰ ਤੁਸੀਂ ਬਾਹਰ ਨਿਕਲੋ ਤੇ ਰਾਤ ਨੂੰ ਜਿਹੜਾ ਆਲਾ ਦੁਆਲਾ ਮਾਹੌਲ ਇੱਥੋਂ ਦਾ ਦੇਖਣ ਵਾਲਾ ਹੁੰਦਾ ਉਹ ਕਮਾਲ ਦਾ ਹੁੰਦਾ ਸਾਰੀਆਂ ਮਾਰਕੀਟ ਸਾਰੇ ਲੋਕ ਇੱਥੇ ਰਾਤ ਨੂੰ ਨਿਕਲਣੇ ਸ਼ੁਰੂ ਹੁੰਦੇ ਆ ਬਾਹਰ ਤੇ ਇਹੋ ਜਿਹਾ ਆਲਾ ਦੁਆਲਾ ਹੈਗਾ ਲਿਬਰਟੀ ਮਾਰਕੀਟ ਦਾ ਇਹ ਸਾਰਾ ਇਹ ਸਾਰੀ ਲਿਬਰਟੀ ਮਾਰਕੀਟ ਆ ਜੀ ਤੇ ਹੁਣ ਅਸੀਂ ਇੱਥੋਂ ਨਿਕਲ ਕੇ ਇੱਕ ਹੋਰ ਮਾਰਕੀਟ ਚੱਲੇ ਹਾਂ ਉਹਦਾ ਨਾਮ ਹੈ ਅਰੀਗਾ ਹੁਣ ਅਰੀਗਾ ਚੱਲੇ ਹਾਂ ਅਰੀਗਾ ਤੋਂ ਬਾਅਦ ਫਿਰ ਫੋਰਟਰੈਸ ਜਾਣਾ ਤੇ ਐਵੇਂ ਦੀਆਂ ਸਾਰੀਆਂ ਮਾਰਕੀਟਾਂ ਜਿਹੜੀਆਂ ਤੁਹਾਨੂੰ ਘੁਮਾਉਣੀਆਂ ਅਲੱਗ ਅਲੱਗ ਮਾਰਕੀਟ ਚ ਸੋ ਗਾਈਜ਼ ਇਹ ਸੀਗੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਲਾਹੌਰ ਦੀ ਸਭ ਤੋਂ ਫੇਮਸ ਅਤੇ ਮਹਿੰਗੀ ਦੁਕਾਨ ਦੇਖੀ ਹੈ ਅਤੇ ਹਾਲਾਂਕਿ ਮੈਨੂੰ ਉਹ ਲੱਗਾ ਨਹੀਂ 3,15,000 ਦੀ ਉਹਦੀ ਵਰਥ ਸੀਗੀ ਵੀਡੀਓ 'ਚ ਤਾਂ ਇੱਦਾਂ ਹੀ ਲੱਗ ਰਿਹਾ ਬਾਕੀ ਜਿਨ੍ਹਾਂ ਨੇ ਹੱਥ 'ਚ ਫੜ ਕੇ ਦੇਖਿਆ ਉਹਨਾਂ ਨੂੰ ਜ਼ਿਆਦਾ ਪਤਾ ਉਹ ਵੀ ਕਹਿ ਰਹੇ ਆ ਕਿੱਡਾ ਲੱਗਦਾ ਨਹੀਂ ਹੈ ਨਾ ਹਾਂਜੀ ਬਹੁਤ ਮਹਿੰਗਾ ਅਤੇ ਇੱਧਰ ਵਾਲੀ ਮਤਲਬ ਕਹਿੰਦੇ 1,00,000 ਰੁਪਏ ਦਾ ਪੈਂਦਾ ਵੇ ਉਹਦਾ 3,00,000 ਦਾ ਸ਼ੋਪਸ ਤਾਂ ਇੱਧਰ ਵੀ ਇੱਦਾਂ ਦੀਆਂ ਬਹੁਤ ਹੈ ਯਾਰ ਸਾਡੇ ਵੀ ਬਹੁਤ ਇੱਦਾਂ ਦੀਆਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਐਂਡ ਇਹ ਸ਼ੋਪ ਦੀ ਆ ਉਹਨਾਂ ਦਾ ਵੀ ਇੱਕ ਸਟਾਈਲ ਹੁੰਦਾ ਕਸਟਮਰ ਨੂੰ ਡੀਲ ਕਰਨ ਦਾ ਚਾਹੇ ਉਹ ਕੁਝ ਵੀ ਔਫਰ ਕਰ ਰਹੇ ਉਹਨਾਂ ਨੇ ਵਿੱਚ ਹੀ ਲਾਉਣਾ ਹੁੰਦਾ ਉਹਨਾਂ ਨੇ ਏਸੀ ਲਾਏ ਹੁੰਦੇ ਏਸੀਆਂ ਦਾ ਵੀ ਬਿੱਲ ਕੱਢਣੇ ਹੁੰਦੇ ਸੋ ਸਭ ਦਾ ਆਪਣਾ ਆਪਣਾ ਬਿਜ਼ਨਸ ਹੈ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕਿਉਂਕਿ ਸਾਰੇ ਮਿਹਨਤ ਕਰਦੇ ਸਾਰੇ ਸਟਰਗਲ ਕਰਦੇ ਹੈ ਨਾ ਅਤੇ ਬਾਕੀ ਸਹੀ ਸੀਗਾ ਯਾਰ ਲਾਹੌਰ ਦੇਖ ਕੇ ਲੱਗਣ ਹੀ ਨਹੀਂ ਡਿਆ ਕਿ ਵੱਖਰਾ ਹੈਨਾ ਮਤਲਬ ਜਮ੍ਹਾਂ ਇੱਦਾਂ ਹੀ ਲੱਗਦਾ ਜਿਵੇਂ ਆਪਣਾ ਇੱਧਰਲਾ ਅੰਮ੍ਰਿਤਸਰ ਹੈ ਜਾਂ ਸਾਡਾ ਚੰਡੀਗੜ੍ਹ ਹੈ ਇੱਧਰ ਜਿਵੇਂ ਅਸੀਂ ਇੱਧਰ ਤੁਰਦੇ ਫਿਰਦੇ ਹਾਂ ਸੇਮ ਉੱਦਾਂ ਹੀ ਮਾਰਕੀਟ ਆ ਜਿਹੜਾ ਜਿੱਥੇ ਟਿਮ ਹੋਟਿਨ ਬਣਿਆ ਤੁਹਾਡਾ ਜਿਹੜੀ ਸਾਈਡ ਉਹ ਸੇਮ ਉੱਦਾਂ ਹੀ ਲੱਗ ਰਿਹਾ ਜਿਵੇਂ ਚੰਡੀਗੜ੍ਹ ਦੀਆਂ ਮਾਰਕੀਟਾਂ ਸਾਡੀਆਂ ਤੁਸੀਂ ਨੈੱਟ 'ਤੇ ਸਰਚ ਕਰਕੇ ਦੇਖਿਓ ਤੁਹਾਨੂੰ ਲੱਗਣਾ ਕਿ ਹਾਂ ਵੀ ਸੇਮ ਹੀ ਚੀਜ਼ਾਂ ਸੇਮ ਹੀ ਹੈ ਮੈਨੂੰ ਤਾਂ ਆਪ ਸੇਮ ਹੀ ਲੱਗਾ ਕੁਛ ਉਹ ਨਹੀਂ ਲੱਗਾ ਲੱਗ ਜਾ ਪਰ ਸੂਟ ਇੰਨੇ ਮਹਿੰਗੇ ਕਦੀ ਇੱਥੇ ਵੇਖੇ ਨਹੀਂ ਹੈਗੇ 3,00,000 ਰੁਪਏ ਦਾ ਸੂਟ ਪਾਕਿਸਤਾਨ ਦੇ ਫਿਰ ਸੂਟ ਵੀ ਫੇਮਸ ਹੈ ਨਾ ਹਾਂ ਇਹ ਵੀ ਗੱਲ ਹੈ ਯਾ ਪਾਕਿਸਤਾਨ ਦੀਆਂ ਜੁੱਤੀਆਂ ਸੂਟ ਕਾਫੀ ਫੇਮਸ ਹੈ ਜਿਹੜੇ ਸਾਡੇ ਇੱਧਰ ਵੀ ਆਉਂਦੇ ਆ ਤੇ ਇੱਧਰ ਵੀ ਲੋਕੀ ਖਰੀਦਦੇ ਇੱਥੇ ਲੇਡੀਜ਼ ਪਸੰਦ ਕਰਦੇ ਆ ਪਾਕਿਸਤਾਨ ਦਾ ਬਾਕੀ ਉਧਰ ਅਬੀਰਾ ਖਾਨ ਦੀ ਉਧਰ ਫੈਨ ਫੋਲੋਇੰਗ ਕਾਫੀ ਹੈ ਜਿਹੜੇ ਜਾਂਦੇ ਆ ਤੇ ਕਹਿੰਦੇ ਸਾਨੂੰ ਡੀਲ ਕਰਦੇ ਨਾਲੇ ਵਿੱਚ ਕਹਿਣ ਡੇ ਕਿ ਅਸੀਂ ਸਾਨੂੰ ਜੂਸ ਹੁਣ ਮਿਲਿਆ ਉਹ ਪਤਾ ਨਹੀਂ ਜੁਗਤ ਸੀਗੀ ਕਿ ਹੁਣ ਉਹਨਾਂ ਨੇ ਕੀ ਕੀਤਾ ਪਰ ਸਹੀ ਹੈ ਮਜ਼ਾ ਆਇਆ ਇਹਦੀ ਵੀਡੀਓ ਦੇਖ ਕੇ ਜਦੋਂ ਦੋ ਯੂਟਿਊਬਰ ਲਹਿੰਦੇ ਅਤੇ ਚੜ੍ਹਦੇ ਦੇ ਇਕੱਠੇ ਹੁੰਦੇ ਆ ਕੰਟੈਂਟ ਕ੍ਰੀਏਟ ਕਰਦੇ ਆ ਤਾਂ ਦੋਨਾਂ ਪੰਜਾਬਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਪਿਆਰ ਕਰਦੇ ਆ ਅਤੇ ਵਧੀਆ ਲੱਗਦਾ ਅਸੀਂ ਵੀ ਦੇਖਦੇ ਹਾਂ ਸਾਨੂੰ ਵੀ ਵਧੀਆ ਲੱਗਦਾ ਬਾਕੀ ਇੱਕ ਪੋਡਕਾਸਟ ਆਪਣੇ ਚੈਨਲ 'ਤੇ ਪੁੱਠੀ ਟੋਪੀ ਗੈਂਗ ਵਾਲੇ ਬਾਈ ਦਾ ਰੈਪੋ ਬਾਈ ਦਾ ਉਹ ਅਪਲੋਡ ਹੋ ਗਿਆ ਜਾ ਕੇ ਤੁਸੀਂ ਉਹ ਦੇਖ ਲਿਓ ਜ਼ਰੂਰ ਅਤੇ ਮਿਲਦੇ ਤੁਹਾਨੂੰ ਕਿਸੇ ਹੋਰ ਵੀ ਤੁਹਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।